ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਅਮਰੀਕ ਸਿੰਘ, ਅੱਜ ਦੀ ਇਸ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਕਰਦਾ। ਸੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਟਰੈਕਟਰ ਮੂਵੀ ਸਿਸਟਮ ਦੀ। ਸੋ ਮੈਂ ਇਸ ਟਾਈਮ ਖੜਾਂਗਾ ਇੰਟਰਨੈਸ਼ਨਲ ਬਿਗ ਬ੍ਰਦਰਸ ਕੋਟ ਵਾਲੇ ਜੀਰਾ ਰੋਡ ਕੋਟ ਈਸੇ ਖਾਂ ਮੋਗਾ ਦੇ ਵਿੱਚ। ਸੋ ਇਹ ਸਾਰਾ ਸਮਾਨ ਆਪਣੇ ਹੱਥੀਂ ਤਿਆਰ ਕਰਦੇ ਨੇ, ਜਿਵੇਂ ਡਿੱਕ ਲਾ ਲਓ ਜਾਂ ਇਹਨਾਂ ਦੀਆਂ ਪੇਟੀਆਂ ਲਾ ਲਓ, ਇਹ ਖੁਦ ਤਿਆਰ ਕਰਕੇ ਦਿੰਦੇ ਨੇਗੇ। ਅਤੇ ਜਿਹੜੀ ਇਹਨਾਂ ਦੀ ਕੁਆਲਿਟੀ ਹੈਗੀ ਉਹ ਬਹੁਤ ਵਧੀਆ ਹੈਗੀ ਅਤੇ ਵਾਜਬ ਰੇਟ ਨੇਗੇ। ਸੋ ਜਿਹੜਾ ਇਹਨਾਂ ਦਾ ਕੰਟੈਕਟ ਨੰਬਰ ਹੈਗਾ ਉਹ ਸਕਰੀਨ 'ਤੇ ਆ ਰਿਹਾ। ਉਹ ਮੇਰੇ ਨਾਲ ਨੇ ਵੀਰ ਮੁਕੇਸ਼, ਮੈਂ ਜੀ ਬਹੁਤ ਬਹੁਤ ਸਵਾਗਤ ਹੈ ਜੀ। ਇੱਕ ਵਾਰ ਮੈਕ ਲਾ ਲਓ ਜੀ। ਅਤੇ ਜਿਹੜਾ ਤੁਹਾਡਾ ਨਾਮ ਆ ਜੀ ਦੁਕਾਨ ਦਾ, ਬਿਗ ਬ੍ਰਦਰਸ? ਹਾਂਜੀ। ਮੈਂ ਉਹਦੇ ਬਾਰੇ ਦੱਸੋ ਜੀ। ਇਹ ਆਪਣੇ ਵੱਡੇ ਬ੍ਰਦਰ ਸੀਗਾ, ਉਹਨਾਂ ਨੇ ਕੰਮ ਕਰਾ ਦਿੱਤਾ ਸੀ ਆਪਣਾ। ਅੱਛਾ ਜੀ। ਹਾਂਜੀ। ਜਿਹੜਾ ਨੈਸ਼ਨਲ ਲੱਗ ਗਿਆ ਜੀ ਮੁੜੇ ਤਕਰੀਬਨ ਸੈੱਟ, ਕਾਫੀ ਬਾਹਰ ਜਾਣ ਲੱਗ ਪਏ ਸੀਗੇ। ਅੱਛਾ। ਉਦੋਂ ਨਾਲ ਨਾਲ ਆਪਣੇ ਇੰਟਰਨੈਸ਼ਨਲ ਕਰਤਾ ਸੀਗਾ ਜੀ। ਜੀ। ਅਤੇ ਤਕਰੀਬਨ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ? ਆਪਾਂ ਨੂੰ ਤਕਰੀਬਨ ਹੋ ਗਿਆ ਜੀ 2009 'ਚ ਕੰਮ ਸਟਾਰਟ ਕੀਤਾ ਸੀ ਬਾਈ। 2009 ਦੇ ਵਿੱਚ? ਹਾਂਜੀ। ਅਤੇ ਤਕਰੀਬਨ ਡੇਕਨ ਦੇ ਜਿਹੜੇ ਪਲੇਟਾਂ ਨੇ ਹੈ ਨਾ, ਛੋਟੀਆਂ ਵੱਡੀਆਂ ਤਕਰੀਬਨ ਸਾਰੀਆਂ ਪਏ ਨੇ। ਇੱਕ ਵਾਰ ਆਪਾਂ ਪੁੱਛਦੇ ਹਾਂ ਵੀਰ ਤੋਂ, ਹੈ ਨਾ? ਹਾਂਜੀ। ਅਤੇ ਦੱਸੋ ਜੀ ਇਹਨਾਂ ਬਾਰੇ। ਅਤੇ ਆਪਣੇ ਮੋਨੋ ਪਲੇਟਾਂ ਜੀ ਸਾਰੀਆਂ। ਜੀ। ਅਤੇ 3 ਬੇਸਾਂ ਦੇ ਸਿਸਟਮ ਪਲੇਟਾਂ ਤਿਆਰ ਹੋ ਰਹੀਆਂ ਨੇ। ਜੀ। ਇਸ ਤੋਂ ਉੱਪਰ ਜਿਵੇਂ 12 ਇੰਚ ਸਪੀਕਰ ਵਾਲੀਆਂ ਪਲੇਟਾਂ PVC ਵੀ, ਉਸ ਤੋਂ ਬਾਅਦ ਜਿਹੜੇ 16 ਇੰਚ ਵਾਲੇ ਬੇਸਾਂ ਜੀ, ਉਹਨਾਂ ਦੇ ਪਲੇਟਾਂ ਤਿਆਰ ਹੋ ਰਹੀਆਂ ਨੇ। ਪਰ ਜਿਵੇਂ ਅਲੱਗ ਅਲੱਗ ਮਾਡਲ, ਜਿਵੇਂ ਕੋਈ 3 ਬੇਸ ਵਾਲਾ, ਕੋਈ 4 ਬੇ, ਕੋਈ ਯਾਰ ਕੋਈ 18 ਇੰਚ ਦਾ ਜੀ, ਕੋਈ 16 ਇੰਚ ਦਾ ਜੀ, ਉਹ ਸਾਰਾ ਅੱਡੋ ਅੱਡ ਮਤਲਬ ਪਲੇਟਾਂ ਤਿਆਰ ਹੋ ਰਹੀਆਂ ਨੇ ਆਪਣੇ ਕੋਲ। ਜੀ ਜੀ। ਅਤੇ ਇੱਧਰ ਸਮਾਨ ਦੇਖਦੇ ਨੂੰ ਕਾਫੀ ਪਿਆ ਹੋਣਾ ਵੀਰ ਕੋਲ? ਹਾਂਜੀ, ਆਪਣੇ ਜਿਹੜੇ ਗੱਡੀਆਂ ਦੇ ਵਿੱਚ ਐਂਪ ਬੂਫਰ ਵਗੈਰਾ ਲੱਗਦੇ, ਸਪੀਕਰ ਵਗੈਰਾ ਲੱਗਦੇ, ਵੀ ਗੱਡੀਆਂ ਦੇ ਐਸੈਸਰੀ, ਇਹ ਉਹਨਾਂ ਦਾ ਸਮਾਨ ਹੈ ਜੀ। ਠੀਕ ਹੈ ਜੀ। ਅਤੇ ਇੱਧਰ ਤਿਆਰ ਹੋ ਰਿਹਾ ਜੀ? ਹਾਂਜੀ, ਆਪਣੇ ਪਲੇਟਾਂ ਮੈਨੂਫੈਕਚਰ ਹੋ ਰਹੀਆਂ ਨੇ। ਓਕੇ। ਅਤੇ ਇੱਧਰ ਆਪਣੇ ਕੋਲ ਪਏ ਨੇ ਕੰਪਲੀਟ ਡੈੱਕ, ਹੈ ਨਾ ਜੀ? ਹਾਂਜੀ, ਕੰਪਲੀਟ ਡੈੱਕ ਪਏ ਨੇ। ਅਤੇ ਇਹਨਾਂ ਬਾਰੇ ਦੱਸੋ ਵੀ ਕਿਹੜਾ, ਜਿਵੇਂ ਇਹਦਾ ਲਾ ਲਈਏ ਆਪਾਂ, ਹੈ ਨਾ? ਇਹ ਆਪਣਾ 18 ਇੰਚ ਦਾ ਜੀ। ਅੱਛਾ। 18 ਇੰਚ 3 ਵਾਲੇ ਦਾ ਜੀ। ਠੀਕ ਹੈ। ਜਿਹੜੀ ਇਹ ਹੀਟ ਸਿੰਕ ਹੈਗੀ, ਹੈ ਨਾ? ਹਾਂਜੀ ਹਾਂਜੀ। ਅਤੇ ਉਹ ਵੀ ਦੇਖੋ ਕਾਫੀ ਹੈਵੀ ਹੈਗੀ, ਹੈ ਨਾ? ਹਾਂਜੀ, ਕਾਫੀ, ਕਿਉਂ ਹੈਵੀ ਤਾਂ ਲਗਾ ਰੱਖੀ ਵੀ ਐਂਪਲੀਫਾਇਰ ਗਰਮ ਨਹੀਂ ਹੁੰਦਾ ਜੀ। ਠੀਕ ਹੈ ਜੀ। ਅਤੇ ਕਿੰਨੇ ਕੁ ਇਹਦੇ ਵਿੱਚ ਹੋਊਗੀ ਸਾਈਜ਼ ਦੇ ਵਿੱਚ? ਇਹ ਸਾਈਜ਼ 'ਚ ਕਾਫੀ, ਮਤਲਬ 15-16 ਇੰਚ ਹੈਗੀ ਜੀ। ਜੀ। ਅਤੇ 1-1.5 ਇੰਚ ਮੋਟੀ ਹੁੰਦੀ ਹੈ ਜੀ। ਠੀਕ ਹੈ। ਇਹਦੇ ਜਿਹੜੇ ਮੌਸਫੈਟ ਵਗੈਰਾ ਨੇ ਉਹ ਕਿੰਨਿਆਂ ਦੇ ਵਿੱਚ? ਇਹ 'ਚ 16 ਮੌਸਫੈਟ ਲੱਗੇ ਨੇ। 16? ਹਾਂਜੀ। ਠੀਕ ਹੈ। ਇਹ ਕਿੰਨੇ ਬੂਫਰਾ ਲਈ ਜਾਣੀ ਕਿ? 18-3 ਵਾਲਾ ਜੀ। ਠੀਕ ਹੈ ਜੀ। ਅਤੇ ਜਿਹੜੇ ਛੋਟੇ ਨੇ ਤੁਹਾਡੇ ਕੋਲ, ਜਿਵੇਂ 12 ਇੰਚ ਸਪੀਕਰਾਂ ਦਾ ਮਾਡਲ ਹੈ ਜੀ? ਠੀਕ ਹੈ। ਇਹ 12 ਇੰਚ ਲਈ? ਇਹ 12 ਇੰਚ ਲਈ ਜੀ। ਇਸ ਤੋਂ ਉੱਪਰ ਜਿਹੜਾ ਪਲੇਟਾਂ ਤਿਆਰ ਹੋ ਰਹੀਆਂ 16 ਇੰਚ ਬੇਸਾਂ ਦੀਆਂ, ਐਂਪਲੀਫਾਇਰ ਤਿਆਰ ਹੋ ਰਹੇ ਨੇ। ਠੀਕ ਹੈ ਜੀ। ਅਤੇ ਜੇ ਆਪਾਂ ਇਹਦੇ ਰੇਟ ਦੀ ਗੱਲ ਕਰੀਏ, ਇਹਦੇ ਪੂਰਾ ਸੈੱਟ ਜਿਵੇਂ ਤਕਰੀਬਨ 12 ਇੰਚ ਵਾਲਾ 17,000 ਤੋਂ ਸਟਾਰਟਿੰਗ ਹੈ, 17.5 ਤੋਂ ਜੀ। ਠੀਕ ਹੈ। ਜੇ ਕਿਸੇ ਨੇ ਇਕੱਲਾ ਲੈਣਾ ਹੋਵੇ? ਇਕੱਲਾ ਐਂਪਲੀਫਾਇਰ ਆਪਾਂ ਦਿੰਦੇ ਨੇ ਜੀ। ਠੀਕ ਹੈ। ਕੰਪਲੀਟ ਸੈੱਟ ਦਾ ਜੀ, ਕਿਉਂਕਿ ਜਿਹੜਾ ਆਪਣੇ ਬੂਫਰ ਵਗੈਰਾ ਤਿਆਰ ਕੀਤੇ ਹੁੰਦੇ ਆ, ਜਿਹੜਾ ਕਿੱਟ ਵਰਕ ਹੈ ਇੱਕ ਮੈਚਿੰਗ ਰੱਖੀ ਆ, ਤਾਂ ਉਹਨੂੰ ਪੂਰਾ ਕੰਪਲੀਟ ਸੈੱਟ ਹੀ ਦਿੰਦੇ ਆ। ਠੀਕ ਹੈ ਜੀ। ਇੱਧਰ ਆਪਣੇ ਇੱਧਰ ਕੀ ਤਿਆਰ ਹੋ ਰਿਹਾ? ਇੱਧਰ ਆਪਣੇ ਹੀਟ ਸਿੰਕ ਤਿਆਰ ਹੋ ਰਹੀ ਨੇ। ਠੀਕ ਹੈ ਜੀ। ਇੱਥੇ ਫੀਟਿੰਗ ਵਗੈਰਾ ਕਰਕੇ? ਹਾਂਜੀ, ਫੀਟਿੰਗ ਪਲੇਟਾਂ ਵਗੈਰਾ ਪੀਸ ਵੀ ਇੱਧਰ ਤਿਆਰ ਹੁੰਦੇ ਆ ਆਪਣੇ। ਠੀਕ ਹੈ ਜੀ। ਅਤੇ ਇੱਧਰ ਆ ਗਈਆਂ ਆਪਣੀਆਂ ਪੇਟੀਆਂ, ਹੈ ਨਾ ਜੀ? ਹਾਂਜੀ, ਪੇਟੀਆਂ ਆ ਗਈਆਂ। ਇਹ ਪੇਟੀ ਕਿੰਨੇ ਇੰਚ ਦੇ ਵਿੱਚ ਹੈ? ਇਹ 16 ਇੰਚ 3 ਬੇਸਾਂ ਅਤੇ 11 ਸਪੀਕਰ ਨੇ। ਠੀਕ ਹੈ ਜੀ। ਜਿਹੜੇ ਇਹਦੇ ਸਪੀਕਰ ਨੇ ਉਹ ਕਿੰਨੇ ਮੈਗਾਵਾਟ, ਮਤਲਬ ਵੀ ਵਧੀਆ ਹਾਈ ਕੁਆਲਿਟੀ ਲੱਗੇ ਸਪੀਕਰ 6 ਇੰਚ? ਠੀਕ ਹੈ। ਅਤੇ ਬੂਫਰ ਵਗੈਰਾ? ਇਹ ਬੂਫਰ ਆਪਣੇ ਆਪ ਦੇ ਮੈਨੂਫੈਕਚਰ ਕਰ ਰੱਖੇ ਨੇ। ਅੱਛਾ, ਇਹ ਵੀ ਤੁਹਾਡੇ ਆਪ? ਹਾਂਜੀ, ਆਪਣੇ ਆਪ ਦੀ ਤਿਆਰ ਕਰ ਰੱਖੇ ਨੇ। ਇਸ ਦੇ ਨਾਲ ਜਿਵੇਂ 2 ਬੇਸ 3 4 6 ਬੇਸਾਂ, ਜਿਵੇਂ ਕਸਟਮਰ ਕੋਈ ਡਿਮਾਂਡ ਕਰੇ ਉਸ ਪ੍ਰਕਾਰ ਆਪਾਂ ਤਿਆਰ ਕਰ ਦਿੰਦੇ ਹਾਂ। ਅਲੱਗ ਅਲੱਗ ਮੋਡਲ ਤਿਆਰ ਹੋ ਜਾਂਦੇ ਨੇ। ਠੀਕ ਹੈ। ਜਿਵੇਂ ਇਹ ਹੈਗਾ 15 ਵਾਲਾ? ਇਹ 16 ਇੰਚ? ਹਾਂਜੀ, 16 ਵਾਲਾ। 16 ਇੰਚ ਕਿੰਨੇ ਰੇਟ ਆ ਜੀ? ਇਹ ਆਪਣੇ 36,500 ਦਾ ਜੀ। 36,500? ਹਾਂਜੀ। ਅਤੇ ਇੱਧਰ 12 ਵਾਲੇ ਪਏ ਜੀ? ਇਹ 12 ਵਾਲੇ ਮੋਡਲ ਪਏ ਨੇ। ਅਤੇ 12 ਵਾਲਾ ਦਾ ਕੀ ਰੇਟ ਰਹੂਗਾ ਜੀ? 12 ਇੰਚ ਜਿਹੜਾ ਟੋਪ ਮੋਡਲ ਦਾ ਸਿਸਟਮ 17,000-17,500 ਚੱਲ ਰਿਹਾ ਜੀ। ਅੱਛਾ। ਅਤੇ ਜਿਵੇਂ ਇਹਦੇ ਉੱਪਰ ਆਹ ਲੱਗੀ ਆਪਣੀ ਚਾਦਰ ਲੱਗੀ? ਚਾਦਰ ਲੱਗੀ? ਹਾਂਜੀ, ਅਲਮੋਨੀਅਮ ਚਾਦਰ ਲੱਗੀ ਨੇ। ਅਤੇ ਇਹ ਵੀ ਕਾਫੀ ਮੋਟੀ, ਮਤਲਬ ਹੈਵੀ ਕੁਆਲਿਟੀ ਲੱਗੀ ਆ ਜੀ। ਜੇ ਆਪਾਂ ਪਾਣੀ ਵਗੈਰਾ ਲੱਗ ਜਾਏ ਕੋਈ ਚੱਕਰ ਨਹੀਂ, ਵਾਟਰਪਰੂਫ ਆ ਜੀ। ਸਪੀਕਰ ਵੀ? ਸਭ ਆਪਣਾ ਬੂਟ ਵਾਟਰਪਰੂਫ ਆ, ਚਾਦਰ ਵਗੈਰਾ ਸਾਰੇ ਵਾਟਰਪਰੂਫ ਹੁੰਦੀ ਨੇ। ਠੀਕ ਹੈ। ਅਤੇ ਜਿਹੜੀਆਂ ਪੇਟੀਆਂ ਵਗੈਰਾ ਬਣਾਉਣੇ ਉਹਨਾਂ ਤੁਸੀਂ ਉੱਧਰ? ਹਾਂਜੀ, ਇੱਥੇ ਆਪਣੇ ਆਪ ਦੇ ਮੈਨੂਫੈਕਚਰ ਹੈ ਪੇਟੀਆਂ ਦਾ ਵੀ। ਪੇਟੀਆਂ ਦਾ ਵੀ? ਹਾਂਜੀ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਵੀਡੀਓ ਦੇ ਵਿੱਚ। ਅਤੇ ਅੱਗੇ ਆ ਕੇ ਸਪੀਕਰ ਆ ਨਾ ਜਿਹੜੇ ਤੁਸੀਂ ਫਿਟਿੰਗ ਕਰ ਦਿਓਗੇ? ਹਾਂਜੀ ਹਾਂਜੀ, ਦਿਖਾਇਓ ਇੱਕ ਵਾਰ।
ਆਹ ਦੇਖੋ ਜੀ 18 ਇੰਚੀ ਬੂਫਰ ਤਿਆਰ ਹੋ ਰਿਹਾ ਜੀ, ਪੂਰਾ ਹੈਵੀ ਕੁਆਲਿਟੀ ਜੀ। ਅਤੇ ਜਿਹੜਾ ਇਹਦਾ ਮੈਗਨੈਟ ਵਗੈਰਾ ਜੀ, ਹਾਂਜੀ ਕਿਹੜਾ ਲੱਗਿਆ ਹੋਇਆ ਇਹਦਾ? ਇਹ ਆਪਣਾ ਆਪਦੇ ਅਸੈਂਬਲ ਕਰਵਾਇਆ ਹੋਇਆ। ਅੱਛਾ, ਕਿੰਨੇ ਨੰਬਰ ਲੱਗੇ ਹੋਏ? 185 185 ਹਾਂਜੀ, ਠੀਕ ਹੈ। ਡਬਲ ਲੱਗਿਆ ਵੀ ਡਬਲ 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 ਠੀਕ। ਇਸਦੇ ਨਾਲ ਜਿਵੇਂ 16 ਇੰਚੀ ਤਿਆਰ ਹੋ ਰਹੇ ਨੇ, ਇਹਦੇ ਨਾਲ ਹੀ ਆਪਣੇ 16 ਇੰਚੀ ਸਟੋਕ ਸੱਜੇ ਕਰਸੇ ਸਟੋਕ ਤਿਆਰ ਹੋ ਰਹੇ ਨੇ। ਠੀਕ ਹੈ ਜੀ, ਇਹ 16 ਇੰਚੀ ਨੇ ਤਕਰੀਬਨ ਸਾਰੇ? ਇਹ ਸਾਰੇ 16 ਇੰਚੀ ਸਟੋਕ ਨੇ ਜੀ। ਇਹ ਕੁਛ ਮਾਰਕੀਟ ਚ ਵੀ ਹੁੰਦੀ ਕਾਫੀ ਕੁਵੈਲਾਂ, ਪਰ ਉਹ ਥੋੜੀ ਹਲਕੀ ਕੁਆਲਿਟੀ ਚ ਹੁੰਦੀ, ਅਸੀਂ ਉਹ ਨੀ ਯੂਜ ਕਰਦੇ ਆ। ਇਹ ਆਪਣੇ ਆਪ ਦੀ ਮਤਲਬ ਸੈਟ ਦੇ ਨਾਲ ਮੈਚਿੰਗ ਕਰਵਾ ਰੱਖੇ ਵਾ ਸਮਾਨ ਕੁਆਲਿਟੀ ਦੀ। ਠੀਕ ਹੈ ਜੀ। ਤੇ ਇਹ ਮੈਗਨੈਟ ਵਗੈਰਾ ਆ ਜਾਂਦੇ ਜਿਵੇਂ 185 ਮੈਨਟ ਵੱਡੇ ਬੋਰਡ ਦੇ ਵਿੱਚ ਹੈ ਜੀ। ਜੀ ਡਬਲ ਆਈ ਵੀ ਹੈ? ਹਾਂ ਜੀ ਡਬਲ, ਮੈਂ ਜਿਹੜੇ ਜਿੰਨੇ ਵੀ ਯੂਜ ਕਰੋ ਡਬਲ ਹੀ ਹੁੰਦੇ ਆਪਣੇ। ਠੀਕ ਹੈ ਜੀ। ਅਤੇ ਇੱਕ ਹੋਰ ਵੀਰ ਫੋਨ ਕਰਕੇ ਕਹਿੰਦੇ ਨੇ ਹੈ ਨਾ, ਅਤੇ ਵੀ ਸਾਡਾ ਹੋਮ ਡਿਲੀਵਰੀ ਹੋ ਜੂਗੀ? ਹੋਮ ਡਿਲੀਵਰੀ ਹੋ ਜਾਂਦੀ, ਕਰ ਦਿੰਦੇ ਹੋਗੇ? ਹਾਂਜੀ ਜੀ। ਕੀ ਪ੍ਰੋਸੈਸ ਹੁੰਦਾ ਉਹਦਾ? ਇਹ ਆਪਾਂ ਟਰਾਂਸਪੋਰਟ ਰਾਹੀਂ ਆਫ ਸਟੇਟ ਦੇ ਵਿੱਚ ਭੇਜ ਰਹੇ ਹਾਂ। ਠੀਕ ਹੈ। MP UP ਬਿਹਾਰ ਕਿਤੇ ਵੀ ਹੋਵੇ। ਠੀਕ ਹੈ ਜੀ। ਅਤੇ ਉੱਥੇ ਆਪਾਂ ਮਤਲਬ ਟਰਾਂਸਪੋਰਟ ਰਾਹੀਂ ਭੇਜ ਦਿੰਦੇ ਹਾਂ ਵਾ। ਠੀਕ ਹੈ ਜੀ। ਸੋ ਅੱਗੇ ਇਹਨਾਂ ਦੀਆਂ ਪੇਟੀਆਂ ਵੀ ਦਿਖਾਉਣੇ ਆਪਾਂ ਹੈ ਨਾ ਤੁਹਾਨੂੰ। ਅੱਛਾ, ਆ ਗਈਆਂ ਤੁਹਾਡੀਆਂ ਪੇਟੀਆਂ ਜੀ? ਹਾਂਜੀ, ਪੇਟੀਆਂ ਆ ਗਈਆਂ ਆਪਣੀਆਂ ਜੀ। ਅਤੇ ਬੋਰਡ ਵਗੈਰਾ ਫਿਰ ਕਿਹੜਾ ਵਰਤਦੇ ਹੋਵੇ? ਇਹ ਆਪਣਾ ਹਾਰਡ ਬੋਰਡ ਹੁੰਦਾ ਜੀ, ਸਪੈਸ਼ਲ ਮਤਲਬ ਕਿ ਬੋਰਡ ਹੁੰਦੇ ਆਪਣੇ, ਇੰਨਾ ਆਪਣਾ ਮਿਊਜ਼ਿਕ ਲਈ ਵਰਤਿਆ ਜਾਂਦਾ ਸਪੈਸ਼ਲੀ। ਅੱਛਾ ਜੀ। ਬੂਫਰਾਂ ਲਈ ਸਪੈਸ਼ਲ ਬੋਰਡ ਵਰਤਿਆ ਜਾਂਦਾ ਜੀ। ਵਿੱਚ ਚਾਦਰ ਵਗੈਰਾ ਲਾਉਂਦੇ ਹੋ? ਹਾਂਜੀ, ਉੱਪਰ ਚਾਦਰ ਵਗੈਰਾ ਲਾਉਂਦੇ, ਜਿਹੜੇ ਅਲਮੋਨੀਅਮ ਦੀ ਹੁੰਦੀ ਮੋਟੇ ਬੋਰਡ, ਮੋਟੀ ਹੈਵੀ ਚਾਦਰ ਹੁੰਦੀ ਆਪਣੀ। ਆਵਾਜ਼ ਦਾ ਹੀ ਫਰਕ ਪੈ ਜਾਂਦਾ? ਹਾਂਜੀ, ਉੱਥੇ ਆਵਾਜ਼ ਦੀ ਕੁਆਲਿਟੀ ਵਧੀਆ ਬਣਦੀ, ਨਾਲ ਉਹਨਾਂ ਦੇ ਵਾਟਰਪਰੂਫ ਹੁੰਦਾ, ਪਾਣੀ ਪੂਣੀ ਵਗੈਰਾ ਨਹੀਂ ਆਉਂਦਾ ਜੀ, ਇੱਕ ਮਤਲਬ ਲਾਈਫ ਜ਼ਿਆਦਾ ਹੁੰਦੀ ਹੈ ਜੀ। ਜਿਹੜਾ ਕੱਪੜਾ ਵਗੈਰਾ ਆਪਾਂ ਲਗਾ ਦਿੰਦੇ ਪੇਟੀਆਂ 'ਤੇ, ਉਹ ਕੋਈ ਚੀਜ਼ ਵੱਜ ਗਈ ਉਹਦੇ ਨਾਲ ਹੀ ਕੱਪੜਾ ਫਟ ਜਾਂਦਾ ਵਾ। ਜਿਹੜੀ ਇਹ ਚਾਦਰ ਹੁੰਦੀ ਆ, ਇਹਦੀ ਲਾਈਫ ਜ਼ਿਆਦਾ ਹੁੰਦੀ ਹੈ ਇਸ। ਠੀਕ ਹੈ ਜੀ। ਹਾਂਜੀ, ਇਹ ਜਿਹੜਾ ਵੀ ਅਪਲਾਈ ਬੋਰਡ ਲੱਗਾ, ਸਾਰਾ ਹੈਵੀ ਲੱਗਾ ਜੀ। ਹੈਵੀ ਲੱਗਿਆ? ਹਾਂਜੀ, ਸਾਰਾ ਹੈਵੀ ਬੋਰਡ ਲੱਗਾ ਜੀ। ਇਹ ਵੀ ਅਲੱਗ ਅਲੱਗ ਕਾਫੀ ਮਾਡਲਾਂ 'ਚ ਆਉਂਦੇ ਹੋਣਗੇ? ਹਾਂਜੀ, ਆਹ ਬੋਰਡ ਕਾਫੀ ਤਰ੍ਹਾਂ ਦਾ ਆ ਰਿਹਾ ਨੇ, ਪਰ ਆਪਾਂ ਵਧੀਆ ਕੰਪਨੀ ਦਾ ਹੀ ਬ੍ਰਾਂਡ ਵਰਤ ਰਹੇ ਹਾਂ। ਠੀਕ ਹੈ। ਇੱਧਰ ਜਿਵੇਂ ਪੇਟੀਆਂ ਤਿਆਰ ਹੋਈਆਂ ਪਈਆਂ ਇਹਨਾਂ ਨਾਲ? ਹਾਂਜੀ ਜੀ। ਡਬਲ ਵਾਲੀਆਂ? ਡਬਲ ਵਾਲੀਆਂ, ਕੋਈ ਤਿੰਨ ਵਾਲੀਆਂ, ਕੋਈ ਚਾਰ ਵਾਲੀਆਂ, ਕੋਈ ਦੋ ਵਾਲੀਆਂ, ਇਹ ਅੱਡ ਅੱਡ ਮਾਡਲ ਤਿਆਰ ਹੋ ਰਹੇ ਨੇ। ਠੀਕ ਹੈ ਜੀ। ਇਸ ਦੇ ਨਾਲ ਬਾਹਰ ਵੀ ਸਟੋਕ ਤਿਆਰ ਹੋਇਆ ਆਪਣਾ। ਠੀਕ ਹੈ ਜੀ। ਸੋ ਇਹਨਾਂ ਦਾ ਸਟੋਕ ਆ ਜਿਹੜਾ ਹੈ ਨਾ, ਕਾਫੀ ਤਿਆਰ ਹੋਇਆ ਪਿਆ ਹੈਗਾ। ਅਤੇ ਵੀਰ ਮੁਕੇਸ਼, ਇੱਕ ਵਾਰ ਇੱਥੋਂ ਜਿਹੜੀ ਲੋਕੇਸ਼ਨ ਆ ਨਾ, ਉਹ ਦੱਸ ਦਿਉ ਆਪਣਾ। ਮੈਂ ਕੋਟ ਇਸੇ ਹਾਂ, ਜੀਰਾ ਰੋਡ, ਡਿਸਟ੍ਰਿਕਟ ਮੋਗਾ ਜੀ। ਸੋ ਇਹ ਇਹਨਾਂ ਦੀ ਇੱਥੇ ਲੋਕੇਸ਼ਨ ਹੈਗੀ, ਬਾਕੀ ਜਿਹੜਾ ਕੰਟੈਕਟ ਨੰਬਰ ਆ ਉਹ ਸਕਰੀਨ 'ਤੇ ਚੱਲ ਰਿਹਾ, ਇਹਨਾਂ ਨਾਲ ਗੱਲਬਾਤ ਕਰਕੇ ਤੁਸੀਂ ਹੈ ਨਾ ਖਰੀਦ ਸਕਦੇ ਹੋਗੇ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਕਮੈਂਟ ਕਰਿਓ, ਅਤੇ ਆਪਣੇ ਯੂਟਿਊਬ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਅਤੇ ਫੇਸਬੁੱਕ ਪੇਜ ਨੂੰ ਕਰ ਲਓ ਫੋਲੋ, ਤਾਂ ਕਿ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ। ਸੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ, ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ।